प्यारे बच्चों आप जीदा इस चैनल ते स्वागत है इस चैनल ते नवियां वीडियोस प्राप्त करने ਲਈ سبسक्राइब जरूर करो आज assi padange प्रोफेसर मोहन सिंह जी दी लिखी हुई कविता सिपाही दा दिल बच्चा सिपाही दा दिल कविता विच ओन्ना ने जंग विच जा रहे एक पंजाबी सिपाही दी देश भक्ति ਬਹਾਦਰੀ ਡਰਤਾ ਤੇ ਕੁਰਬਾਨੀ ਦੀ ਭਾਵਨਾ ਨੂੰ ਪੇਸ਼ ਕੀਤਾ ਹੈ। ਇਹਨਾਂ ਸਤਰਾਂ ਦੇ ਵਿੱਚ ਸਿਪਾਹੀ ਵਿਛੋੜੇ ਕਾਰਨ ਹੋਰ ਰੋ ਰਹੀ ਆਪਣੀ ਪਤਨੀ ਨੂੰ ਕਹਿੰਦਾ ਹੈ ਕਿ ਉਹ ਰੋਵੇ ਨਾ ਤੇ ਉਸ ਨੂੰ ਜੰਗ ਵਿੱਚ ਜਾਣ ਦੇਵੇ। ਸਿਪਾਹੀ ਦਾ ਦਿਲ ਵਾਗਾਂ ਛੱਡਦੇ ਹੰਝੂਆਂ ਵਾਲੀਏ ਨੀ ਪੈਰ ਤਰਨ ਦੇ ਮੈਨੂੰ ਰਕਾਬ ਉੱਤੇ ਸਾਡੇ ਦੇਸ਼ ਤੇ ਬਣੀ ਐ ਪੀੜ ਭਾਰੀ ਟੁੱਟ ਪਏ ਨੇ ਵੈਰੀ ਪੰਜਾਬ ਉੱਤੇ। ਸਿਪਾਹੀ ਆਪਣੀ ਪਤਨੀ ਨੂੰ ਜਿਸ ਦੀਆਂ ਅੱਖਾਂ ਵਿੱਚ ਹੰਝੂ ਹਨ ਤੇ ਉਹ ਘੋੜੇ ਦੀਆਂ ਬਾਗਾਂ ਫੜ ਕੇ ਖੜੀ ਹੈ ਉਸ ਨੂੰ ਕਹਿ ਰਿਹਾ ਹੈ ਕਿ ਤੂੰ ਬਾਗਾਂ ਨੂੰ ਛੱਡ ਦੇ ਮੈਨੂੰ ਰਕਾਬ ਦੇ ਉੱਤੇ ਪੈਰ ਰੱਖਣ ਦੇ ਤਾਂ ਕਿ ਮੈਂ ਘੋੜੇ ਤੇ ਚੜ ਕੇ ਜਾ ਸਕਾਂ ਕਿਉਂਕਿ ਸਾਡੇ ਦੇਸ਼ ਤੇ ਬਣੀ ਹੈ ਪੀੜ ਪਾਰੀ ਸਾਡੇ ਦੇਸ਼ ਦੇ ਉੱਤੇ ਇਸ ਵੇਲੇ ਦੁਸ਼ਮਨਾ ਨੇ ਹਮਲਾ ਕਰ ਦਿੱਤਾ ਹੈ ਟੁੱਟ ਪਏ ਨੇ ਵੈਰੀ ਪੰਜਾਬ ਉੱਤੇ ਵੈਰੀਆਂ ਨੇ ਹਮਲਾ ਕੀਤਾ ਹੈ ਇਸ ਕਰਕੇ ਉਹ ਸਪੀਡ ਦੇ ਵਿੱਚ ਮੈਂ ਕਾਰ ਨਹੀਂ ਬੈਠ ਸਕਦਾ ਮੈਨੂੰ ਜੰਗ ਵਿੱਚ ਜਾਣ ਦੇ ਰੋ ਰੋ ਕੇ ਪਾਣੀ ਨਾ ਫੇਰ ਐਵੇਂ ਮੇਰੇ ਸੋਹਣੇ ਪੰਜਾਬ ਦੀ ਆਬ ਉੱਤੇ ਸਰੂ ਵਰਗੀ ਜਵਾਨੀ ਮੈਂ ਫੂਕਣੀ ਹੈ ਵਹਿ ਗਏ ਪੂੰਡ ਜੇ ਆਕੇ ਗੁਲਾਬ ਉੱਤੇ ਰੋ ਰੋ ਕੇ ਤੂੰ ਮੇਰੇ ਪੰਜਾਬ ਦੀ ਇੱਜ਼ਤ ਤੇ ਆਬ ਤੇ ਪਾਣੀ ਨਾ ਫੇਰ ਮੈਂ ਇਹ ਸਰੂ ਵਰਗੀ ਜਵਾਨੀ ਜਿਹੜੀ ਹੈ ਇਸ ਨੂੰ ਕੀ ਕਰਨਾ ਹੈ ਰੱਖ ਕੇ ਜੇ ਮੇਰੇ ਦੇਸ਼ ਗੁਲਾਬ ਦੇ ਉੱਪਰ ਆ ਕੇ ਪੋਂਡ ਬੈਠ ਗਏ ਪੋਂਡ ਕੌਣ ਹੈ ਇੱਥੇ ਜਿਨ੍ਹਾਂ ਨੇ ਹਮਲਾ ਕੀਤਾ ਹੈ ਤੇ ਗੁਲਾਬ ਹੈ ਸਾਡਾ ਪੰਜਾਬ ਕਿਹੜੀ ਗੱਲਾਂ ਤੂੰ ਹੋਕੇ ਤੇ ਲਾਏ ਹੋਕਾ ਕਿਹੜੀ ਗੱਲਾਂ ਤੂੰ ਅੱਖਾਂ ਸੁਜਾਈਆਂ ਨੇ ਲੰਘੇ ਪੰਜ ਦਰਿਆਵਾਂ ਦੇ ਸਨ ਥੋੜੇ ਜੇ ਤੂੰ ਹੋਰ ਦੋ ਨਦੀਆਂ ਚੜਾਈਆਂ ਨੇ ਕਿਹੜੀ ਗੱਲਾਂ ਤੂੰ ਹੋਕੇ ਤੇ ਹੋਕਾ ਪਰਦੀ ਪਈਆਂ ਕਿਉਂ ਤੂੰ ਰੋ ਰੋ ਕੇ ਅੱਖਾਂ ਸੁਜਾਈਆਂ ਹੋਈਆਂ ਹਨ ਪੰਜਾਂ ਦਰਿਆਵਾਂ ਦੇ ਲਾਂਘੇ ਬੜੇ ਔਖੇ ਸੀ ਤੇ ਤੂੰ ਦੋ ਨਦੀਆਂ ਅਥਰੂਆਂ ਦੀਆਂ ਹੋਰ ਵਗਾ ਵਗਾ ਕੇ ਨਦੀਆਂ ਚੜਾ ਦਿੱਤੀਆਂ ਹਨ ਫੁਹੇ ਫੁਹੇ ਨੂੰ ਸਹੱਕ ਦੇ ਵੀਰ ਮੇਰੇ ਕੀ ਕਰਾਂ ਮੈਂ ਦੁੱਧਾਂ ਛੁਆਰਿਆਂ ਨੂੰ ਸਾਥੇ ਤੜਫਦੇ ਪਏ ਨੇ ਖਾਕ ਅੰਦਰ ਪਛੀ ਲਾਵਾ ਮੈਂ ਮਹਿਲਾ ਛੁਆਰਿਆਂ ਨੂੰ ਮੇਰੇ ਵੀਰ ਮੇਰੇ ਸਾਥੀ ਫਰੰਟ ਦੇ ਉੱਤੇ ਜੰਗ ਦੇ ਵਿੱਚ ਫੋਹੇ ਫੋਹੇ ਨੂੰ ਕਣ ਕਣ ਨੂੰ ਆਪਣੇ ਦੇਸ਼ ਦੇ ਕਣ ਕਣ ਨੂੰ ਬਚਾਉਣ ਵਾਸਤੇ ਲੜ ਰਹੇ ਹਨ ਤੇ ਮੈਂ ਘਰ ਵਿੱਚ ਬਹਿ ਕੇ ਦੁੱਧ ਛੁਆਰੇ ਕਿਸ ਤਰ੍ਹਾਂ ਪੀ ਸਕਦਾ ਹਾਂ ਸਾਥੀ ੜਪਦੇ ਪਏ ਨੇ ਖਾਕ ਅੰਦਰ ਮੇਰੇ ਸਾਥੀ ਖਾਕ ਦੇ ਵਿੱਚ ਮਿੱਟੀ ਦੇ ਵਿੱਚ ਮਿੱਟੀ ਹੋ ਕੇ ਲੜ ਰਹੇ ਨੇ ਤੇ ਮੈਂ ਮਹਿਲਾ ਚਵਾਰਿਆਂ ਨੂੰ ਕੀ ਕਰਾਂ ਅਗ ਲਾਵਾਂ ਇਹਨਾਂ ਮਹਿਲਾ ਚਵਾਰਿਆਂ ਨੂੰ ਮੈਂ ਇਹਨਾਂ ਚਵਾਰਿਆਂ 'ਚ ਨਹੀਂ ਰਹਿ ਸਕਦਾ ਫੌਜੀ ਵਾਜਿਆ ਆਣ ਕਣਕੋਰ ਪਾਈ ਲੱਗ ਗਿਆ ਏ ਡਗਾ ਨਗਾੜਿਆਂ ਨੂੰ ਮੇਰੇ ਕੋੜੇ ਵੀ ਚੁੱਕ ਲੈ ਕੰਨ ਦੋਵੇਂ ਵੇਖ ਇਹਦੇ ਖੁਰਾ ਫੁੰਕਾਰਿਆਂ ਨੂੰ ਫੌਜੀਆਂ ਦਾ ਜਦੋਂ ਕਵਾਜਾ ਵਜਿਆ ਫੌਜੀਆਂ ਦੇ ਵਾਜੇ ਨੇ ਚਾਰੇ ਪਾਸੇ ਇਸ ਤਰ੍ਹਾਂ ਕਣਕੋਰ ਪਾਈ ਜਿਸ ਤਰ੍ਹਾਂ ਬੱਦਲਾ ਨੇ ਪਾਈ ਹੋਵੇ ਲਗ ਗਿਆ ਹੈ ਡਗਾ ਨਗਾੜਿਆਂ ਨੂੰ ਡਗਾ ਵੱਜ ਰਿਹਾ ਹੈ ਨਗਾੜੇ ਵੱਜ ਰਹੇ ਹਨ ਜਿਸ ਤੋਂ ਕੀ ਪਤਾ ਲੱਗਦਾ ਹੈ ਕਿ ਜੰਗ ਦਾ ਐਲਾਨ ਹੋ ਚੁੱਕਾ ਹੈ ਮੇਰੇ ਘੋੜੇ ਨੇ ਵੀ ਉਹਨਾਂ ਨਗਾੜਿਆਂ ਨੂੰ ਸੁਣ ਕੇ ਆਪਣੇ ਕੰਨ ਚੁੱਕ ਲਏ ਹਨ ਵੇਖ ਇਹਦੇ ਖੁਰ ਜਿਹੜੇ ਆ ਉਹ ਵੀ ਫੁੰਕਾਰੇ ਮਾਰ ਰਹੇ ਹਨ ਉਹ ਵੀ ਟੱਪ ਰਿਹਾ ਹੈ ਕਿ ਮੈਂ ਵੀ ਜੰਗ ਵਿੱਚ ਜਾਣਾ ਹੈ ਡੋਲੇ ਫੜਕਦੇ ਪਏ ਨੇ ਅਜ ਮੇਰੇ ਜੋਸ਼ ਨਾਲ ਪਈ ਕੰਬਦੀ ਜਾਨ ਮੇਰੀ ਜੀਭਾਂ ਕੱਢਦੇ ਪਏ ਨੇ ਤੀਰ ਗਿਠ ਗਿਠ ਪਈ ਆਕੜਾਂ ਬੰਨਦੀ ਕਮਾਨ ਮੇਰੀ ਮੇਰੇ ਡੋਲੇ ਅੱਜ ਫੜਕ ਰਹੇ ਹਨ ਜੋਸ਼ ਮੇਰੇ ਅੰਦਰ ਬਹੁਤ ਹੈ ਉਸ ਜੋਸ਼ ਕਰਕੇ ਮੇਰੀ ਜਾਨ ਜਿਹੜੀ ਹੈ ਉਹ ਕੰਬਦੀ ਹੈ ਕਿ ਮੈਂ ਕਿਹੜੇ ਵੇਲੇ ਜੰਗ ਵਿੱਚ ਪਹੁੰਚ ਜਾਵਾਂ ਮੇਰੇ ਤੀਰ ਵੀ ਗਿੱਠ ਗਿੱਠ ਜੀਭਾਂ ਕੱਢ ਰਹੇ ਹਨ ਉਹਨਾਂ ਦੀ ਕਮਾਨ ਜਿਹੜੀ ਹੈ ਉਹ ਵੀ ਆਕੜਾਂ ਭਰਦੀ ਹੈ ਉਹ ਆਕੜਾਂ ਕਿਉਂ ਬਣਦੀ ਹੈ ਕਿ ਮੈਂ ਕਿਸ ਤਰੀਕੇ ਕਿਹੜੇ ਵੇਲੇ ਜਾ ਕੇ ਦੁਸ਼ਮਨਾ ਦੇ ਉੱਤੇ ਵਰਾਂ ਵਿੱਚ ਰੰਗ ਦੇ ਮਸਤ ਮਲੰਗ ਹੋ ਕੇ ਲਈਏ ਤਾਰੀਆਂ ਅਸੀਂ ਚਨਾੰਦਰ ਵਿੱਚ ਜੰਗ ਦੇ ਤਲੀ ਤੇ ਤਾਂ ਜਾਨ ਧਰ ਕੇ ਅਸੀਂ ਲੜੀਏ ਤਲਵਾਰਾਂ ਦੀ ਛਾਂ ਅੰਦਰ ਹੁਣ ਇਸ ਵਿੱਚ ਬੱਚਿਓ ਉਹਨਾਂ ਨੇ ਦੋ ਤਰ੍ਹਾਂ ਦੇ ਜੀਵਨ ਦਾ ਦੱਸਿਆ ਹੈ ਕਿ ਜਦੋਂ ਅਮਨ ਸ਼ਾਂਤੀ ਹੁੰਦੀ ਹੈ ਤੇ ਉਦੋਂ ਅਸੀਂ ਕਿਸ ਤਰ੍ਹਾਂ ਰਹਿੰਦੇ ਹਾਂ ਤੇ ਜਦੋਂ ਲੜਾਈ ਲੱਗਦੀ ਹੈ ਉਦੋਂ ਅਸੀਂ ਕਿਸ ਤਰ੍ਹਾਂ ਰਹਿੰਦੇ ਹਾਂ ਵਿੱਚ ਰੰਗ ਦੇ ਮਸਤ ਮਲੰਗ ਹੋ ਕੇ ਜਦੋਂ ਸ਼ਾਂਤੀ ਹੁੰਦੀ ਤਾਂ ਅਸੀਂ ਮਸਤ ਮਲੰਗ ਹੋ ਕੇ ਇਦਰ-ਉਦਰ ਘੁੰਮਦੇ ਹਾਂ ਚਨਾ ਦੇ ਵਿੱਚ ਤਾਰੀਆਂ ਲਾਉਂਦੇ ਹਾਂ ਵਿੱਚ ਜੰਗ ਦੇ ਤਲੀ ਦੇ ਜਾਣ ਤਰ ਕੇ ਜਦੋਂ ਲੜਾਈ ਹੁੰਦੀ ਹੈ ਜੰਗ ਹੁੰਦੀ ਹੈ ਤਾਂ ਹਥੇਲੀ ਤੇ ਜਾਣ ਤਰ ਕੇ ਅਸੀਂ ਲੜੀਏ ਤਲਵਾਰਾਂ ਦੇ ਛਾਂ ਅnder ਤਲਵਾਰਾਂ ਦੇ ਛਾਂ ਦੇ ਅੰਦਰ ਜਾ ਕੇ ਲੜਦੇ ਹਾਂ ਵਿੱਚ ਰੰਗ ਦੇ ਛਿੰਜਾਂ ਤੇ ਕੋਲ ਪਾਈਏ ਢੋਲੇ ਗਾਵੀਏ ਹਾਲਾਂ ਤੇ ਗਾਂਹ ਅੰਦਰ ਜਦੋਂ ਅਮਨ ਸ਼ਾਂਤੀ ਆ ਤਾਂ ਅਸੀਂ ਛਿੰਜਾ ਵੀ ਪਾਉਂਦੇ ਹਾਂ ਕੋਲ ਵੀ ਕਰਦੇ ਹਾਂ ਢੋਲੇ ਵੀ ਗਾਉਂਦੇ ਹਾਂ ਵਿੱਚ ਜੰਗ ਦੇ ਖੂਨ ਦੀ ਲਾਹ ਮਹਿੰਦੀ ਪਾਈਏ ਬਾਹ ਤਲਵਾਰ ਦੇ ਬਾਹ ਅੰਦਰ ਪਰ ਜਦੋਂ ਲੜਾਈ ਲੱਗਦੀ ਹੈ ਤੇ ਉਦੋਂ ਅਸੀਂ ਕੀ ਕਰਦੇ ਹਾਂ ਖੂਨ ਦੀ ਮਹਿੰਦੀ ਲਾਂਦੇ ਹਾਂ ਤਲਵਾਰਾਂ ਦੇ ਬਾਹ ਦੇ ਵਿੱਚ ਬਾਹ ਬਾ ਕੇ ਲੜਦੇ ਹਾਂ ਦੁਸ਼ਮਣਾਂ ਦੇ ਨਾਲ ਅਸੀਂ ਪੰਜ ਦਰਿਆਵਾਂ ਦੇ ਸ਼ੇਰ ਦੁੱਲੇ ਦੋਹਾਂ ਦੇਵੀਆਂ ਨੂੰ ਨਮਸਕਾਰ ਸਾਡੀ ਵਿੱਚ ਰੰਗ ਦੇ ਦੇਵੀ ਹੈ ਨਾਰ ਸਾਡੀ ਵਿੱਚ ਜੰਗ ਦੇ ਦੇਵੀ ਕਟਾਰ ਸਾਡੀ ਅਸੀਂ ਪੰਜਾਂ ਦਰਿਆਵਾਂ ਦੇ ਵਿੱਚ ਰਹਿਣ ਵਾਲੇ ਸ਼ੇਰ ਹਾਂ ਦੋਹਾਂ ਦੇਵੀਆਂ ਨੂੰ ਅਸੀਂ ਨਮਸਕਾਰ ਕਰਦੇ ਹਾਂ ਉਹ ਦੋ ਦੇਵੀਆਂ ਕਿਹੜੀਆਂ ਵਿੱਚ ਰੰਗ ਦੇ ਦੇਵੀ ਹੈ ਨਾਰ ਸਾਡੀ ਜਦੋਂ ਅਸੀਂ ਅਮਨ ਸ਼ਾਂਤੀ ਨਾਲ ਰਹਿੰਦੇ ਹਾਂ ਘਰ ਵਿੱਚ ਤਾਂ ਨਾਰ ਔਰ ਸਾਡੀ ਜਿਹੜੀ ਦੇਵੀ ਹੈ ਤੇ ਜਦੋਂ ਅਸੀਂ ਜੰਗ ਵਿੱਚ ਜਾਂਦੇ ਹਾਂ ਤਾਂ ਦੋ ਤਾਰੀ ਕਟਾਰ ਜਿਹੜੀ ਹੈ ਉਹੋ ਹੀ ਸਾਡੀ ਦੇਵੀ ਹੈ ਵਿੱਚ ਜੰਗ ਦੇ ਭਾਵੇਂ ਮੈਂ ਚੱਲਿਆ ਹਾਂ ਤਾਂ ਵੀ ਰਕਸ਼ਾ ਤੇਰਾ ਮੈਂ ਖਿਆਲ ਪਿਆਰੀ ਬੁੰਦੇ ਸਮਝ ਕੇ ਤੇਰੇ ਮੈਂ ਛਰਿਆਂ ਨੂੰ ਲਾਸ਼ਾਂ ਕੁੱਟ ਕਲੇਜੇ ਦੇ ਨਾਲ ਪਿਆਰੀ ਜੰਗ ਦੇ ਵਿੱਚ ਭਾਵੇਂ ਮੈਂ ਜਾ ਰਿਹਾ ਹਾਂ ਪਰ ਫਿਰ ਵੀ ਮੈਂ ਤੇਰਾ ਖਿਆਲ ਰੱਖਦਾ ਹਾਂ ਮੈਂ ਤੈਨੂੰ ਉੱਥੇ ਵੀ ਯਾਦ ਰੱਖਾਂਗਾ ਬੁੰਦੇ ਸਮਝ ਕੇ ਤੇਰੇ ਮੈਂ ਛਰਿਆਂ ਨੂੰ ਮੈਂ ਜਿਹੜੇ ਛਰਰੇ ਮੇਰੇ ਵੱਜਣਗੇ ਉਹਨਾਂ ਨੂੰ ਕੀ ਕਰਾਂਗਾ ਮੈਂ ਤੇਰੇ ਬੁੰਦੇ ਸਮਝਾਂਗਾ ਤੇਰੇ ਕੰਨਾਂ ਵਿੱਚ ਪਾਏ ਹੋਏ ਚੁੰਮਕੇ ਸਮਝਾਂਗਾ ਤੇ ਉਸ ਨੂੰ ਕਲੇਜੇ ਨਾਲ ਲਾ ਕੇ ਰੱਖਾਂਗਾ ਉਹ ਵੇਖ ਕੇ ਤੋਪਾਂ ਚ ਵੱਲ ਖੰਦਾ ਤੇਰੇ ਸਮਝ ਸਾਂ ਕੁੰਗਰੇ ਵਾਲ ਪਿਆਰੀ ਜਦੋਂ ਤੋਪਾਂ ਦੇ ਵਿੱਚੋਂ ਧੂਆ ਨਿਕਲਦਾ ਹੈ ਤੇ ਉਹ ਵੱਲ ਖੰਦਾ ਹੋਇਆ ਉੱਪਰ ਨੂੰ ਜਾਂਦਾ ਹੈ ਉਸ ਵੇਲੇ ਮੈਂ ਕੀ ਸਮਝਾਂਗਾ ਕਿ ਤੇਰੇ ਕੁੰਗਰਾਲੇ ਪਿਆਰੇ ਸੁੰਦਰ ਵਾਲ ਜਿਹੜੇ ਹੈ ਉਹ ਮੇਰੇ ਉੱਪਰ ਗਰੇ ਹੋਏ ਹਨ ਤੇਰੀ ਪਲਕਾਂ ਦੀ ਯਾਦ ਵਿੱਚ ਤੀਰ ਖਾਸਾਂ ਤੇਰੀ پلਕਾਂ ਦੇ ਯਾਦ ਵਿੱਚ ਤੀਰ ਖਾਸਾਂ ਹਾਥੀ ਵੇਖ ਚਿਤਾਰਸਾਂ ਚਾਲ ਪਿਆਰੀ ਜੇ ਮੈਂ ਜੂੰਦਾ ਜਾਗਦਾ ਪਰਤ ਆਇਆ ਰੱਖ ਸਾਈਂ ਦੀ ਮੈਨੂੰ ਬੁਲਾ ਛੱਡੀ ਤੇਰੇ پلਕਾਂ ਦੀ ਯਾਦ ਮੈਨੂੰ ਕਦੋਂ ਆਂਦੀ ਹੈ ਜਦੋਂ ਮੈਨੂੰ ਤੀਰ ਵੱਜਦੇ ਹਨ ਤੇ ਜਦੋਂ ਮੈਂ ਹਾਥੀਆਂ ਨੂੰ ਦੇਖਦਾ ਹਾਂ ਤਾਂ ਉਸ ਵੇਲੇ ਮੈਂ ਕੀ ਮਹਿਸੂਸ ਕਰਦਾ ਹਾਂ ਕਿ ਤੂੰ ਮਸਤ ਹਾਥੀ ਦੀ ਚਾਲ ਚੱਲ ਰਹੀ ਹੈ ਜੇ ਮੈਂ ਜੂੰਦਾ ਜਾਗਦਾ ਵਾਪਸ ਆ ਗਿਆ ਤਾ ਤੁੰ ਸੋਚ ਲੈ ਕਿ ਇਹ ਪਰਮਾਤਮਾ ਦਾ ਕੀਤਾ ਹੈ ਉਸ ਪਰਮਾਤਮਾ ਨੇ ਮੇਰੀ ਰੱਖ ਰੱਖੀ ਤੇ ਮੈਂ ਵਾਪਸ ਆ ਗਿਆ ਨਹੀਂ ਤਪੁੱਤ ਸੱਦ ਮੇਰਾ ਜਵਾਨ ਹੋਇਆ ਤੇਗ ਉਸ ਨੂੰ ਮੇਰੀ ਫੜਾ ਛੱਡੀ ਕੀ ਕਹਿ ਰਿਹਾ ਆਖਰੀ ਉਸ ਦੇ ਦਿਲ ਵਿੱਚ ਕੀ ਹੈ ਜੇ ਮੈਂ ਜੂੰਦਾ ਜਾਗਦਾ ਪਰਤ ਆਇਆ ਜੇ ਮੈਂ ਵਾਪਸ ਆ ਗਿਆ ਜੰਗ ਤੋਂ ਰੱਖ ਸਾਈਂ ਦੀ ਮੈਨੂੰ ਬੁਲਾ ਛੱਡੀ ਤੈ ਤੂੰ ਇਹ ਸੋਚੇ ਕਿ ਉਸ ਪਰਮਾਤਮਾ ਨੇ ਉਸ ਸਾਈ ਨੇ ਮੈਨੂੰ ਬਚਾ ਲਿਆ ਹੈ ਤੇ ਮੈਂ ਵਾਪਸ ਆ ਗਿਆ ਹਾਂ ਲੇਕਿਨ ਜੇ ਮੈਂ ਉੱਥੋਂ ਵਾਪਸ ਨਾ ਆਇਆ ਨਹੀਂ ਤਾਂ ਪੁੱਤ ਜਦ ਮੇਰਾ ਜਵਾਨ ਹੋਇਆ ਜਦੋਂ ਮੇਰਾ ਪੁੱਤਰ ਜਵਾਨ ਹੋ ਜਾਵੇਗਾ ਤਾਂ ਉਸ ਵੇਲੇ ਕੀ ਕਰੀ ਮੇਰੀ ਤਲਵਾਰ ਜਿਹੜੀ ਹੈ ਉਸ ਦੇ ਹੱਥ ਵਿੱਚ ਫੜਾ ਦੇਵੇਂ ਤਾਂ ਕਿ ਮੇਰਾ ਪੁੱਤਰ ਵੀ ਦੇਸ਼ ਦੀ ਰਖਵਾਲੀ ਵਾਸਤੇ ਸਿਪਾਹੀ ਬਣ ਕੇ ਅੱਗੇ ਵਧ ਸਕੇ ਧੰਨਵਾਦ ਬੱਚਿਓ